ਇਹ ਨਾਲ ਨਾਲ ਜਿਹੜਾ ਬਾਰਡਰ 'ਤੇ ਆਪਾਂ ਮਾਲ ਲਾਇਆ ਵਾ ਸਾਰਾ ਸਾਨੂੰ ਲਾਉਣਾ ਪੈਣਾ ਵਾ, ਅਤੇ ਫਿਰ ਇਹਨੇ ਕੇ ਨਹੀਂ ਹਿਲਣਾ ਵਾ, ਬਾਈਦਾ ਵੇ ਉੱਦਾਂ ਹਿਲਣਾ ਨਹੀਂ ਹੈਗਾ, ਅਤੇ ਇਹ ਸਾਨੂੰ ਸਾਰਾ ਹੀ ਤੋੜਨਾ ਪਊਗਾ ਕਿ ਯਾਰ ਆਪਾਂ ਇਧਰਲੀ ਸਾਈਡ ਤੋਂ ਵੀ ਇਹਦਾ ਲਿੰਕ ਤੋੜ ਦਿੱਤਾ, ਨਾਲ ਇਹਦੇ ਨਾਲ ਜਾਲ 'ਤੇ ਲੱਗਾ ਸੀ, ਅਤੇ ਸਾਡੇ ਲਾਭਬੜ ਵੀ ਆਪਾਂ ਇਹ ਜਾਲ ਦੇ ਨਾਲ ਜਿਹੜੀਆਂ ਵੱਧੀਆਂ ਸੀ ਤਾਰਾਂ ਤੋਂ ਉਹਦੇ ਨਾਲ ਖੋਲ੍ਹ ਦਿੱਤਾ ਵਾ, ਅਤੇ ਤੁਸੀਂ ਦੇਖ ਸਕਦੇ ਅਲੱਗ ਕਰ ਦਿੱਤਾ ਆਪਾਂ ਤੇ ਇਹਨੂੰ ਖੋਲ੍ਹ ਕੇ ਬਸ ਹਿਲਾ ਕੇ ਅਤੇ ਚੱਕਣ ਵਾਲੇ ਹਾਂ ਬਸ ਹੁਣ ਥੋੜ੍ਹਾ ਟਾਈਮ ਤੱਕ। ਬਾਬੇ ਖਲਾਰਾ ਵੀ ਅਸੀਂ ਪੂਰਾ ਪਾ ਲਿਆ ਵਾ, ਅਤੇ ਸਾਡੇ ਦੋ ਕਬੂਤਰ ਵਾਪਸ ਆ ਗਏ, ਤੁਸੀਂ ਦੇਖ ਸਕਦੇ ਦੋਨੋਂ ਬੱਚੇ ਜਿਹੜੇ ਆ ਵਾਪਸ ਆ ਗਏ ਆ, ਅਤੇ ਜਿਹੜੇ ਦੋ ਵੱਡੇ ਕਬੂਤਰ ਆ ਯਾਰ ਦੋਨੋਂ ਕਬੂਤਰ ਪਤਾ ਹੀ ਨਹੀਂ ਕਿਹੜੀ ਸਾਈਡ 'ਤੇ ਚੱਲ ਗਏ ਆ, ਅਤੇ ਕਿਤੇ ਦਿਖਾਈ ਵੀ ਨਹੀਂ ਦੇ ਰਹੇ। ਕਿੱਦਾਂ ਸਾਰੇ ਠੀਕ ਠਾਕ ਹੋ? ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਆਪਾਂ ਲੱਗੇ ਜੀ ਅੱਜ ਕੇਜ ਦੀ ਸੈਟਿੰਗ ਚੇਂਜ ਕਰਨ, ਅਤੇ ਤੁਹਾਡਾ ਪਹਿਲਾਂ ਵੀ ਗੱਲ ਹੋ ਚੁੱਕੀ ਆ ਕਿ ਆਪਾਂ ਜਿਹੜਾ ਇਹ ਵਾਲਾ ਕੇਜ ਆ ਇਹਨੂੰ ਚੱਕ ਕੇ ਅਤੇ ਕਰਨ ਵਾਲੇ ਹਾਂ ਜੀ ਇਹ ਸਾਈਡ ਦੇ ਉੱਤੇ, ਅਤੇ ਬਸ ਹੁਣ ਥੋੜ੍ਹੇ ਟਾਈਮ ਤੱਕ ਆਪਾਂ ਇਹਨੂੰ ਥੱਲਿਓਂ ਤੋੜਨਾ ਸਟਾਰਟ ਕਰਨ ਲੱਗੇ ਹਾਂ, ਥੱਲੇ ਜਿਹੜਾ ਬੇਸ ਵਾ, ਸੋ ਇਹਨੂੰ ਬੇਸ ਨੂੰ ਤੋੜ ਕੇ ਅਤੇ ਫਿਰ ਇਹਨੂੰ ਚੱਕਾਂਗੇ ਅਤੇ ਚੱਕ ਕੇ ਫਿਰ ਆਪਾਂ ਉਸ ਸਾਈਡ 'ਤੇ ਰੱਖਾਂਗੇ। ਸੋ ਫਿਲਹਾਲ ਮੈਂ ਵੀ ਇਕੱਲਾ ਵਾਂ, ਪਰ ਆਪਾਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਇਹਨੂੰ ਥੱਲਿਓਂ ਤੋੜ ਕੇ ਅਤੇ ਸੈੱਟ ਸੂਟ ਕਰ ਛੱਡੀਏ, ਫਿਰ ਆਪਾਂ ਇੱਕ ਜਾਣੇ ਦੀ ਮਦਦ ਲੈ ਲਾਂਗੇ ਜਾਂ ਦੋਵਾਂ ਦੀ ਮਦਦ ਲੈ ਕੇ ਨਾਲ, ਅਤੇ ਇਹਨੂੰ ਚੱਕਾਂਗੇ ਠੀਕ ਹੈ ਜੀ। ਅਤੇ ਬਾਕੀ ਮੌਸਮ ਵੀ ਹੋ ਰਿਹਾ ਵਾ ਖਰਾਬ, ਅਤੇ ਬਾਰਿਸ਼ ਦਾ ਕੋਈ ਪਤਾ ਨਹੀਂ ਹੈ ਵੀ ਕਿਹੜੇ ਵੇਲੇ ਬਾਰਿਸ਼ ਆ ਜੇ, ਸੋ ਕੋਈ ਨਹੀਂ ਆਪਾਂ ਬਾਰਿਸ਼ ਦੀ ਪਰਵਾਹ ਨਾ ਕਰਦੇ ਹੋਏ ਇਹ ਕੰਮ ਕਰਨਾ ਵਾ, ਕਿਉਂਕਿ ਅੱਜ ਹੈਗੀ ਜੀ 15 ਅਗਸਤ, ਅਤੇ ਅੱਜ ਆਪਾਂ ਕੀਤੀ ਹੈ ਦੁਕਾਨ ਤੋਂ ਛੁੱਟੀ, ਅਤੇ ਅੱਜ ਛੁੱਟੀ ਦਾ ਲੈਣਾ ਵਾ ਜੀ ਫਾਇਦਾ ਠੀਕ ਹੈ ਜੀ। ਸੋ ਬਣੇ ਰਹੋ ਵੀਡੀਓ 'ਤੇ, ਕਾਫੀ ਮਜ਼ਾ ਆਉਣ ਵਾਲਾ ਵਾ। ਚਲੋ ਬਾਈ ਜੀ ਥੋੜ੍ਹੀ ਸਾਡੇ ਕੋਲ ਆ, ਅਤੇ ਹੁਣ ਆਪਾਂ ਇਹਨੂੰ ਇੱਥੋਂ ਜਿਵੇਂ ਨਾਲ ਨਾਲ ਇਹ ਤੋੜਨਾ ਸਟਾਰਟ ਕਰਦੇ ਹਾਂ, ਇਹ ਨਾਲ ਨਾਲ ਜਿਹੜਾ ਬਾਰਡਰ 'ਤੇ ਆਪਾਂ ਮਾਲ ਲਾਇਆ ਵਾ ਸਾਰਾ ਸਾਨੂੰ ਲਾਉਣਾ ਪੈਣਾ ਵਾ, ਅਤੇ ਫਿਰ ਇਹਨੇ ਕੇ ਨਹੀਂ ਹਿਲਣਾ ਵਾ, ਬਾਈਦਾ ਵੇ ਉੱਦਾਂ ਹਿਲਣਾ ਨਹੀਂ ਹੈਗਾ, ਅਤੇ ਇਹ ਸਾਨੂੰ ਸਾਰਾ ਹੀ ਤੋੜਨਾ ਪਊਗਾ, ਅਤੇ ਇਹਦੇ ਵਿੱਚ ਕਾਫੀ ਮਿਹਨਤ ਵੀ ਲੱਗਣੀ ਆ, ਅਤੇ ਕੋਈ ਨਹੀਂ ਮਿਹਨਤ ਤਾਂ ਜਿਹੜੀ ਕਰਨੀ ਪੈਣੀ ਉਹ ਫਿਰ ਕਰਨੀ ਪੈਣੀ ਆ। ਸੋ ਲੱਗੇ ਹੋਏ ਹਾਂ ਹੁਣ, ਬਸ ਇਹੀ ਕਰਦੇ ਹਾਂ ਕਿ ਬਾਰਿਸ਼ ਨਾ ਯਾਰ ਆ ਜੇ, ਕਿਉਂਕਿ ਬਾਰਿਸ਼ ਦਾ ਕੋਈ ਪਤਾ ਨਹੀਂ ਹੈਗਾ, ਬਦਲ ਬਹੁਤ ਜ਼ਿਆਦਾ ਆ ਗਿਆ ਵਾ, ਅਤੇ ਬਾਕੀ ਬਾਬੇ ਦੀ ਕਿਰਪਾ ਰਹੀ ਅਤੇ ਬਾਰਿਸ਼ ਆ ਵੀ ਸਕਦੀ ਆ ਅਤੇ ਨਹੀਂ ਵੀ ਆ ਸਕਦੀ ਹੈਗੀ, ਇਹਦੇ ਬਾਰੇ ਆਪਾਂ ਕੋਈ ਕਹਿ ਨਹੀਂ ਸਕਦੇ ਹੈਗੇ, ਅਤੇ ਕੰਮ ਆਪਾਂ ਕਰਦੇ ਪਏ ਹਾਂ, ਸੋ ਇਹ ਹੁਣ ਕੰਮ ਕਰਾ ਕੇ ਅਤੇ ਫਿਰ ਹੀ ਆਪਾਂ ਹਟਣਾ ਠੀਕ ਹੈ ਜੀ। ਲਓ ਬਾਈ ਜੀ ਸਾਰੇ ਬੰਨਿਓ ਆਪਾਂ ਇਹਨੂੰ ਖੇਡ ਦਿੱਤਾ ਵਾ, ਅਤੇ ਕਿੰਨੇ ਸਾਰਾ ਲੱਥ ਗਿਆ ਵਾ, ਅਤੇ ਹੁਣ ਇਹਨੂੰ ਕੋਸ਼ਿਸ਼ ਕਰਦੇ ਹਾਂ ਵੀ ਥੋੜ੍ਹਾ ਹਿਲਾਈਏ, ਜੇ ਹਿੱਲ ਗਿਆ ਤਾਂ ਫਿਰ ਇਹਨੇ ਬਾਹਰ ਆਉਣਾ ਆਪਣੇ ਆਪ ਹੀ। ਸੋ ਫਿਲਹਾਲ ਪਹਿਲਾਂ ਅੰਦਰੋਂ ਸਮਾਨ ਕੱਢਾਂਗੇ ਅਤੇ ਫਿਰ ਇਹਨੂੰ ਚੱਕ ਕੇ ਹਿਲਾਉਂਦੇ ਹਾਂ, ਉਹ ਤੋਂ ਪਹਿਲਾਂ ਆਪਾਂ ਦੇਖ ਰਹੇ ਹਾਂ ਕਿ ਯਾਰ ਬਾਰਿਸ਼ ਦਾ ਵੀ ਮਾਹੌਲ ਬਣਿਆ ਵਾ, ਅਤੇ ਕਬੂਤਰ ਸਾਡੇ ਦੋ ਬਹੁਤ ਜ਼ਿਆਦਾ ਚੜ ਗਏ ਆ, ਖੁੱਭ ਗਏ ਜ਼ਿਆਦਾ, ਅਤੇ ਕਿਤੇ ਹਵਾ ਦਾ ਪ੍ਰੋਗਰਾਮ ਬਣ ਗਿਆ ਅਤੇ ਇਹਨਾਂ ਵੀ ਕਬੂਤਰ ਸਾਡੇ ਇਸ ਵੇਲੇ ਨਿਕਲ ਜਾਣ, ਸੋ ਉਹ ਵੀ ਵੇਖਣ ਡਏ ਆ ਹਾਲੇ ਕਿ ਕਬੂਤਰ ਆ ਜਾਣ। ਸੋ ਫਿਲਹਾਲ ਹਵਾ ਦਾ ਤਾਂ ਕੋਈ ਸ਼ਾਇਦ ਮੇਰੇ ਸਾਹਮਣੇ ਨਾ ਹੋਵੇ ਅਤੇ ਬਾਰਿਸ਼ ਆ ਸਕਦੀ ਆ, ਅਤੇ ਫਿਲਹਾਲ ਤਾਂ ਚਲੋ ਆਪਾਂ ਇੱਧਰ ਵੀ ਲੱਗੇ ਹਾਂ, ਸੋ ਧਿਆਨ ਦੋਨੋਂ ਬੰਨੇ ਇੱਧਰਲੀ ਸਾਈਡ 'ਤੇ ਵੀ ਅਤੇ ਉੱਧਰਲੀ ਸਾਈਡ 'ਤੇ ਵੀ। ਬਾਬੇ ਖਲਾਰਾ ਵੀ ਅਸੀਂ ਪੂਰਾ ਪਾ ਲਿਆ ਵਾ, ਅਤੇ ਸਾਡੇ ਦੋ ਕਬੂਤਰ ਵਾਪਸ ਆ ਗਏ, ਤੁਸੀਂ ਦੇਖ ਸਕਦੇ ਦੋਨੋਂ ਬੱਚੇ ਜਿਹੜੇ ਆ ਵਾਪਸ ਆ ਗਏ ਆ, ਅਤੇ ਜਿਹੜੇ ਦੋ ਵੱਡੇ ਕਬੂਤਰ ਆ ਯਾਰ ਦੋਨੋਂ ਕਬੂਤਰ ਪਤਾ ਹੀ ਨਹੀਂ ਕਿਹੜੀ ਸਾਈਡ 'ਤੇ ਚੱਲ ਗਏ ਆ, ਅਤੇ ਕਿਤੇ ਦਿਖਾਈ ਵੀ ਨਹੀਂ ਦੇ ਰਹੇ ਕਿਉਂਕਿ ਹਵਾ ਵੀ ਚੱਲ ਰਹੀ ਆ, ਅਤੇ ਮੈਨੂੰ ਲੱਗਦਾ ਵੀ ਅੱਜ ਗੜਬੜ ਹੋਣ ਵਾਲੀ ਆ, ਬੱਦਲ ਵੀ ਬਹੁਤ ਜ਼ਿਆਦਾ ਆ ਗਿਆ ਵਾ। ਸੋ ਕਬੂਤਰ ਸਾਡੇ ਬਹੁਤ ਜ਼ਿਆਦਾ ਖੁੱਭ ਗਏ ਸੀ, ਸੋ ਹੁਣ ਸਮਝ ਨਹੀਂ ਲੱਗੇ ਵੀ ਯਾਰ ਵੀ ਕਿਹੜੀ ਸਾਈਡ 'ਤੇ, ਕਿਤੇ ਦਿਖਾਈ ਵੀ ਨਹੀਂ ਦੇ ਰਹੇ ਹੈਗੇ। ਅੱਜ ਦੇ ਤੁਸੀਂ ਦੇਖ ਸਕਦੇ ਹੋ ਚਾਰ ਕਬੂਤਰ ਡਾਕਟਰ ਸਲੀਮ ਭਾਈ ਦੇ ਉੱਡਦੇ ਪਏ ਆ, ਯਾਰ ਸਾਡੇ ਵੀ ਉਹਨਾਂ ਦੇ ਨਾਲ ਹੀ ਉੱਡਦੇ ਪਏ ਸੀ, ਲੇਕਿਨ ਇਹਨਾਂ ਤੋਂ ਵੀ ਉੱਪਰ ਚੱਲ ਗਏ ਸੀ ਜ਼ਿਆਦਾ, ਸੋ ਫਿਲਹਾਲ ਤਾਂ ਉਹ ਗੈਬ ਹੀ ਹੋ ਗਿਆ, ਅਤੇ ਇਹ ਸਾਹਮਣੇ ਵਾਲੇ ਚਾਰ ਦੇਖਦੇ ਪਏ ਆ। ਚਲੋ ਬਾਬਾ ਕਿਰਪਾ ਕਰਕੇ ਵੀ ਥੱਲੇ ਆਉਣ ਜਾਂ ਲੈਣ, ਕਿਉਂਕਿ ਹਵਾ ਉੱਪਰ ਤਾਂ ਬਹੁਤ ਜ਼ਿਆਦਾ ਵਗਦੀ ਪਈ ਆ, ਅਤੇ
ਬਾਕੀ ਤੁਸੀਂ ਦੇਖ ਰਹੇ ਹੋ ਮੌਸਮ ਬਹੁਤ ਜ਼ਿਆਦਾ ਖਰਾਬ ਹੋਣ ਵਾਲਾ ਵਾ। ਸਾਡੇ ਦੋ ਕਬੂਤਰ ਜਿਹੜੇ ਛੋਟੇ ਆ ਗਏ ਯਾਰ, ਆਪਾਂ ਇਹਨਾਂ ਨੂੰ ਤਾਂ ਅੰਦਰ ਕਰੀਏ ਪਹਿਲੋਂ, ਅਤੇ ਤਾਂ ਕਿ ਯਾਰ ਇਹ ਤਾਂ ਸੇਫ ਹੋ ਸਕਣ। ਸੋ ਬਹੁਤ ਯਾਰ ਕੰਮ ਖਰਾਬ ਹੋਣ ਵਾਲਾ ਯਾਰ। ਆ ਜਾਓ ਵੀ, ਆ ਜਾਓ, ਆ ਜਾਓ, ਆ ਜਾਓ, ਆ ਜਾਓ ਯਾਰ, ਇਹ ਨਾ ਨਿਕਲਾਉਣਾ। ਚਲੋ ਵੀ, ਚਲੋ 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 ਖੁੱਡੇ 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 ਖੁੱਡੇ। ਇਹ ਤਾਂ ਚੱਲ ਗਏ ਯਾਰ, ਹਵਾ ਬਹੁਤ ਜ਼ਿਆਦਾ ਤੇਜ਼ ਆ ਗਈ ਜੇ, ਅਤੇ ਕੰਮ ਹੋ ਗਿਆ ਖਰਾਬ ਬਹੁਤ ਜ਼ਿਆਦਾ ਯਾਰ। ਮੈਨੂੰ ਨਹੀਂ ਲੱਗਦਾ ਕਿ ਅੱਜ ਮੁੜਨਗੇ ਯਾਰ ਕਬੂਤਰ ਸਾਡੇ। ਦੋਸਤੋ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਜੀ, ਅਤੇ ਸਾਡਾ ਸਾਰਾ ਕੰਮ ਵਿੱਚ ਰਹਿ ਗਿਆ। ਅਤੇ ਦੇਖ ਸਕਦੇ ਇੱਧਰ ਵੀ ਆਪਾਂ ਖਲਾਰਾ ਪੂਰਾ ਪਾਇਆ ਵਾ, ਅਤੇ ਬਾਕੀ ਜਿਹੜਾ ਇਹ ਕੰਮ ਹੋਰ ਵੱਖਰਾ ਹੋ ਕੇ ਹੋ ਗਿਆ ਉੱਪਰ। ਸੋ ਮੌਸਮ ਦਾ ਕੋਈ ਪਤਾ ਵੀ ਨਹੀਂ ਸੀ ਸਵੇਰੇ ਜਦੋਂ ਆਪਾਂ ਕਬੂਤਰ ਡਾਏ ਆ, ਅਤੇ ਕਬੂਤਰ ਸਾਡੇ ਕਿਸੇ ਬੰਨੇ ਨੂੰ ਨਿਕਲ ਸਕਦੇ ਆ। ਯਾਰ ਆਪਾਂ ਇਧਰਲੀ ਸਾਈਡ ਤੋਂ ਇਹਦਾ ਲਿੰਕ ਤੋੜ ਦਿੱਤਾ, ਨਾਲ ਇਹਦੇ ਨਾਲ ਜਾਲ ਦੇ ਲੱਗਾ ਸੀ, ਅਤੇ ਸਾਡੇ ਲਵ ਬਰਡ ਵੀ ਆਪਾਂ ਇਹ ਜਾਲ ਦੇ ਨਾਲ ਜਿਹੜੀ ਵੱਧੀਆਂ ਸੀ ਤਾਰਾਂ ਤੋਂ ਉਹਦੇ ਨਾਲ ਖੋਲ੍ਹ ਦਿੱਤਾ ਵਾ। ਤੁਸੀਂ ਦੇਖ ਸਕਦੇ ਅਲੱਗ ਕਰ ਦਿੱਤਾ, ਆਪਾਂ ਤਾਂ ਇਹਨੂੰ ਖੋਲ੍ਹ ਕੇ ਬਸ ਹਿਲਾ ਕੇ ਅਤੇ ਚੱਕਣ ਵਾਲੇ ਹਾਂ ਬਸ ਹੁਣ ਥੋੜ੍ਹਾ ਟਾਈਮ ਤੱਕ। ਪਰ ਬਾਬਾ ਕਿਰਪਾ ਕਰਕੇ ਯਾਰ ਬਾਰਿਸ਼ ਨਾ ਆਵੇ, ਸੋ ਬਾਰਿਸ਼ ਨਾ ਆਊਗੀ ਤਾਂ ਸਾਰਾ ਕੰਮ ਅੱਜ ਹੋ ਜਾਏਗਾ, ਜਾਂ ਤਾਂ ਯਾਰ ਫਿਰ ਇਹ ਕੰਮ ਪੈਂਡਿੰਗ ਪੈਣਾ ਵਾ। ਅਤੇ ਮੈਂ ਵੇਟ ਕਰਦਾ ਪਿਆ ਵਾ ਜੀ ਕਰਨ ਦੀ, ਅਤੇ ਕਰਨ ਹਾਲੇ ਤੱਕ ਨਹੀਂ ਆਇਆ ਹੈਗਾ, ਫੋਨ ਵੀ ਨਹੀਂ ਚੱਕਦਾ ਪਿਆ। ਮੈਂ ਤੁਹਾਨੂੰ ਕਿਹਾ ਸੀ ਵੀ ਅੱਜ ਹੀ ਟਾਈਮ ਨਾਲ, ਪਰ ਹਾਲੇ ਤੱਕ ਆਇਆ ਨਹੀਂ ਹੈਗਾ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਖਿਲਾਰਾ ਕਾਫੀ ਸੀ, ਅਤੇ ਸਾਡਾ ਧਿਆਨ ਨਹੀਂ ਕਿ ਅੱਜ ਸਾਰਾ ਖਿਲਾਰਾ ਜਿਹੜਾ ਕੰਪਲੀਟ ਮਗੀ ਨਿਬੇੜਨਾ ਵਾ ਆਪਾਂ, ਅਤੇ ਖਿਲਾਰਾ ਜ਼ਿਆਦਾ ਵੱਧ ਗਿਆ ਵਾ। ਅਤੇ ਹੁਣ ਮੈਨੂੰ ਲੱਗਦਾ ਵੀ ਖਿਲਾਰਾ ਵੀ ਪਿਆ ਰਹਿਣਾ ਵਾ, ਅਤੇ ਕੰਮ ਵੀ ਸਾਡਾ ਹੋਣਾ ਨਹੀਂ ਆ। ਬਾਰਿਸ਼ ਸ਼ੁਰੂ ਹੋ ਗਈ ਆ, ਅਤੇ ਮੈਨੂੰ ਲੱਗਦਾ ਵੀ ਕਰਨ ਵੀ ਸਾਡਾ ਨਹੀਂ ਆ ਰਿਹਾ ਹੈਗਾ ਹਾਲੇ, ਅਤੇ ਬਾਕੀ ਕੰਮ ਸਾਡਾ ਰੁਕ ਗਿਆ ਜੀ ਇੱਥੇ ਦਾ। ਇੱਥੇ ਤੁਸੀਂ ਦੇਖ ਸਕਦੇ ਸਾਰੇ ਪੁੱਟ ਪਟਾਈ ਅੰਦਰ ਕਰ ਦਿੱਤਾ ਵਾ, ਅਤੇ ਬਾਹਰ ਬਾਰਿਸ਼ ਹੋ ਗਈ ਚਾਲੂ। ਅਤੇ ਇੱਧਰਲੀ ਸਾਈਡ 'ਤੇ ਵੀ ਤੁਸੀਂ ਦੇਖ ਸਕਦੇ ਕਿ ਸਾਡਾ ਮਾਸਟਰ ਕੇ ਦੇ ਨਾਲ ਵਾਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਲਵ ਬਰਡ ਦਾ ਸੀ, ਅਤੇ ਉਹਨੂੰ ਆਪਾਂ ਖੋਲ੍ਹ ਦਿੱਤਾ ਵਾ। ਅਤੇ ਮਤਲਬ ਖਿਲਾਰਾ ਕਾਫੀ ਅਸੀਂ ਪਾ ਲਿਆ ਵਾ, ਅਤੇ ਸਾਡਾ ਕੰਮ ਕੋਈ ਵੀ ਨਹੀਂ ਹੋਇਆ ਹੈਗਾ, ਵਾਧੂ ਦਾ ਨੁਕਸਾਨ ਹੀ ਹੋਇਆ ਵਾ। ਕਬੂਤਰ ਸਾਡੇ ਦੋ ਨਿਕਲ ਗਏ ਆ, ਅਤੇ ਪਤਾ ਨਹੀਂ ਯਾਰ ਜੀ ਕੀ ਸਿਸਟਮ ਚੱਲਦਾ ਪਿਆ ਵਾ। ਅਤੇ ਬਾਜੀ ਸਾਡੀਆਂ ਵੈਸੇ ਤਾਂ ਇੱਥੇ ਕਾਫੀ ਖੁਸ਼ ਸੀ, ਲੇਕਿਨ ਇਹਨਾਂ ਨੂੰ ਜਦੋਂ ਆਪਾਂ ਇੱਥੋਂ ਸ਼ਿਫਟ ਕਰਾਂਗੇ ਤਾਂ ਥੋੜ੍ਹਾ ਬਹੁਤ ਇਹਨਾਂ 'ਤੇ ਵੀ ਅਸਰ ਪੈਣਾ ਵਾ ਚੀਜ਼ ਦਾ। ਬਾਕੀ ਹੁਣ ਦੇਖੋ ਕੀ ਰਜਾ ਮਾਲਕ ਦੀ, ਬਾਹਰ ਬਾਰਿਸ਼ ਕਾਫੀ ਸਟਾਰਟ ਹੋ ਗਈ ਆ, ਅਤੇ ਅੱਜ ਦਾ ਮੈਨੂੰ ਲੱਗਦਾ ਵੀ ਅੱਜ ਕੁਛ ਨਹੀਂ ਆਪਾਂ ਕਰ ਪਾਉਣਾ, ਬਾਰਿਸ਼ ਬਹੁਤ ਤੇਜ਼ ਹੋ ਗਈ ਜੇ। ਫਿਰ ਆਪਾਂ ਦੇਖਦੇ ਕੋਈ ਆ ਕਬੂਤਰ ਸ਼ਾਇਦ ਕੰਨ ਨੂੰ ਦੇਖਣ ਕਿਤੇ, ਅਤੇ ਆਪਾਂ ਦੇਖਣ ਦੀ ਕੋਸ਼ਿਸ਼ ਕਰਦੇ ਬਾਹਰ ਜਾ ਕੇ। ਬਾਹਰ ਦਾ ਮਾਹੌਲ ਤੁਸੀਂ ਦੇਖ ਸਕਦੇ ਕਿ ਬਾਰਿਸ਼ ਪੈ ਰਹੀ ਆ, ਅਤੇ ਕਬੂਤਰ ਉੱਡਦੇ ਪਏ ਆ। ਸਲੀਮ ਭਾਈ ਦੇ ਚਾਰੋਂ ਕਬੂਤਰ ਉੱਡਦੇ ਪਏ ਆ, ਅਤੇ ਬਾਰਿਸ਼ ਵਿੱਚ ਹੀ, ਕਿਉਂਕਿ ਇਹ ਨੀਵੇਂ ਨੀਵੇਂ ਤਾਂ ਬਚਾਅ ਹੋ ਗਿਆ ਵਾ, ਜ਼ਿਆਦਾ ਖੋਭੇ ਨਹੀਂ ਆ। ਅਤੇ ਜਿਹੜੇ ਮੇਰੇ ਕਬੂਤਰ ਯਾਰ ਦੋਨੋਂ ਖੁੱਭ ਗਏ ਸੀ ਬਹੁਤ ਜ਼ਿਆਦਾ, ਅਤੇ ਉਹ ਚੱਕਰ 'ਚ ਸਾਰੇ ਕਬੂਤਰ ਸਾਡੇ ਆਈ ਮੀਨ ਦੋ ਕਬੂਤਰ ਨਿਕਲ ਗਏ ਆ। ਅਤੇ ਬਾਬਾ ਕਿਰਪਾ ਕਰੂਗਾ, ਠੀਕ ਠਾਕ ਰਹੂਗਾ, ਅਤੇ ਬਾਰਿਸ਼ ਵੇਖੋ ਤੁਸੀਂ ਪੈ ਰਹੀ ਆ, ਅਤੇ ਸਾਡੇ ਸਾਰੇ ਕੰਮ ਯਾਰ ਅੱਜ ਰੁਕ ਗਏ ਆ, ਅਤੇ ਹੁਣ ਸਾਡੇ ਕੰਮ ਪੈ ਗਏ ਕੱਲ੍ਹ ਦੇ। ਸੋ ਦੇਖਦੇ ਹਾਂ ਜੇ ਹੁਣ ਗੱਲ ਬਣ ਗਈ ਠੀਕ ਆ, ਬਾਈ ਦਾ ਵੇ ਨਹੀਂ ਤਾਂ ਸਾਨੂੰ ਹੁਣ ਕੱਲ੍ਹ ਹੀ ਜਿਹੜਾ ਵੀ ਕੰਮ ਕਰਨਾ ਪੈਣਾ ਕੱਲ੍ਹ ਹੀ ਕਰਾਂਗੇ, ਠੀਕ ਆ ਜੀ। ਸੋ ਉਮੀਦ ਕਰਦੇ ਹਾਂ ਕਿ ਜਿੰਨਾ ਵੀ ਤੁਹਾਨੂੰ ਦਿਖਾਇਆ ਹੋਵੇ ਵੀਡੀਓ ਵਧੀਆ ਲੱਗੀ ਹੋਏਗੀ। ਸੋ ਮੈਨੂੰ ਇੱਕ ਗੱਲ ਫਿਰ ਦੱਸ ਦਿਓ ਕਿ ਆਪਾਂ ਮਸ ਕੇ ਜਿਹੜਾ ਵਾ ਇਸ ਜਗ੍ਹਾ 'ਤੇ ਰੱਖੀਏ, ਕਿ ਜਾਂ ਆਪਾਂ ਹਾਲੇ ਵੀ ਹਰ ਕੋਈ ਹੈਗੇ ਜਾਂ ਆਪਾਂ ਇੱਧਰਲੀ ਸਾਈਡ 'ਤੇ ਵੀ ਰੱਖ ਸਕਦੇ, ਇੱਟਾਂ ਚੱਕ ਕੇ ਇਸ ਸਾਈਡ 'ਤੇ ਵੀ ਰੱਖ ਸਕਦੇ ਹਾਂ, ਕਿਉਂਕਿ ਇਹਦੀ ਸਾਈਡ 'ਤੇ ਬੈਗ 'ਤੇ ਕੰਧ ਵਾ, ਸਾਨੂੰ ਕੰਧ ਦਾ ਬੜਾ ਸਹਾਰਾ ਮਿਲ ਜਾਣਾ, ਕਿਉਂਕਿ ਕੰਧ ਦੇ ਸਹਾਰੇ ਦੇ ਨਾਲ ਥੋੜ੍ਹੀ ਇੱਕ ਹਵਾ ਘੱਟ ਪਊਗੀ, ਅਤੇ
ਇੱਕ ਸਾਈਡ ਢੱਕੀ ਜਾਂਦੀ ਹੈ, ਬਾਕੀ ਇਧਰਲੀ ਸਾਈਡ ਤੋਂ ਜਿਹੜੀ ਉੱਪਰੋਂ ਵੀ ਹਵਾ ਪੈਣੀ, ਇਧਰਲੀ ਸਾਈਡ ਤੋਂ ਵੀ ਹਵਾ ਪੈਣੀ, ਸਾਰੇ ਬੰਨੇ ਹਵਾ ਪੈਣੀ ਆ। ਸੋ ਪਲੀਜ਼ ਯਾਰ ਇੱਕ ਵਾਰੀ ਮੈਨੂੰ ਦੱਸ ਦਿਓ ਫਿਰ, ਅਤੇ ਆਪਾਂ ਫਿਰ ਤੁਹਾਡੇ ਕਮੈਂਟ ਪੜ੍ਹ ਕੇ ਫਿਰ ਹੀ ਉਸ ਹਿਸਾਬ ਨਾਲ ਚੱਕ ਲਾਂਗੇ। ਠੀਕ ਆ ਜੀ ਵੈਸੇ ਇੱਕ ਮੇਰੇ ਭਰਾ ਨੇ ਕਮੈਂਟ ਇਹ ਵੀ ਕੀਤਾ ਸੀ ਅਤੇ ਤੁਸੀਂ ਇੱਦਾਂ ਕਰੋ ਕਿ ਇਸੇ ਜਗ੍ਹਾ 'ਤੇ ਫਿਰ ਰੱਖ ਦਿਓ ਆਪਦੀ ਸੈਟਿੰਗ ਕਰਕੇ, ਅਤੇ ਫਿਰ ਇਸ ਤੋਂ ਪਾਣੀ ਜਾਂਦਾ ਉਹ ਸੈਟਿੰਗ ਕਰਕੇ ਫਿਰ ਉਸੇ ਜਗ੍ਹਾ 'ਤੇ ਰੱਖ ਦਿਓ। ਪਰ ਮੇਰਾ ਧਿਆਨ ਹੈ ਕਿ ਯਾਰ ਉੱਥੋਂ ਆਪਾਂ ਚੱਕ ਦੇ, ਕਿਉਂਕਿ ਉੱਥੇ ਹੈਗਾ ਪਾਣੀ ਦਾ ਥੋੜ੍ਹੇ ਨੀਵਾਂ ਥਾਂ ਵਾ, ਸੋ ਇਸੇ ਜਗ੍ਹਾ 'ਤੇ ਪਾਣੀ ਖਲੋ ਜਾਂਦਾ ਸਾਰਾ ਖਰਾਬ ਹੋ ਰਿਹਾ ਵਾ ਥਾਂ, ਅਤੇ ਇਸ ਕਰਕੇ ਜਾਂ ਇਸ ਸਾਈਡ 'ਤੇ ਅਤੇ ਜਾਂ ਫਿਰ ਆਪਾਂ ਇਸ ਸਾਈਡ 'ਤੇ ਰੱਖ ਸਕਦੇ ਹਾਂ। ਸੋ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸ ਦਿਓ, ਅਤੇ ਆਪਾਂ ਇੱਦਾਂ ਕਰਦੇ ਹਾਂ ਕਿ ਯਾਰ ਅੱਜ ਦੀ ਵੀਡੀਓ ਇੱਥੇ ਖਤਮ ਕਰ ਦਿੰਦੇ ਹਾਂ। ਸੋ ਨੈਕਸਟ ਜੋ ਵੀ ਹੋਏਗਾ ਤੁਹਾਨੂੰ ਸਾਰਾ ਕੁਝ ਦੱਸਾਂਗੇ। ਠੀਕ ਹੈ ਜੀ, ਸੋ ਇਹ ਸੀ ਜੀ ਅੱਜ ਦੀ ਸਾਡੀ ਵੀਡੀਓ, ਸੋ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਅਤੇ ਆਪਾਂ ਫਿਰ ਉਸ ਹਿਸਾਬ ਨਾਲ ਦੀ ਸੈਟਿੰਗ ਕਰ ਲਾਂਗੇ। ਠੀਕ ਹੈ ਜੀ, ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਅਤੇ ਬਾਕੀ ਤੁਸੀਂ ਦੇ ਸਕਦੇ ਸਾਡੇ ਮਾਸਟਰ ਕੇ ਇੱਦਾਂ ਰਹਿ ਗਿਆ ਜੀ ਦਰਵਾਜ਼ਾ ਖੁੱਲ੍ਹਾ, ਅਤੇ ਆਹ ਦੇਖੋ ਹੋਏ ਲੱਗਾ ਇਹ ਕੰਮ ਇੱਧਰ ਵੀ ਖਰਾਬ, ਸੋ ਆਪਾਂ ਕੁੰਡਾ ਲਾਉਣਾ ਚੇਤਾ ਭੁੱਲ ਗਿਆ ਸਾਨੂੰ। ਚਲੋ ਜੀ ਆਪਾਂ ਲਗਾ ਲਈ ਦਾ ਕੁੰਡਾ, ਸੋ ਮਿਲਦੇ ਜੀ ਨੈਕਸਟ ਵੀਡੀਓ 'ਤੇ। ਓਕੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।